लुटखोह की वारदात नूं अंजाम देण आए चोर ने बुजुर्ग औरत दा कीता बेरहमी नाल कतल। कतलकार बुजुर्ग औरत दी लाश नूं घर दे ही सीवरेज गटर च सुट्टिया। जद महल्ले च पिया रोला तां देखो किवें चकमा दे के चोर होया मिंटा च ही फरार। पिछो परिवारक मैंबरां दा हुण रो रो के होया बुरा हाल। ਤਾਂ ਖਬਰ ਸਾਹਮਣੇ ਆਈ ਹੈ ਕਿ ਘਰ ਦੇ ਵਿੱਚ ਹੀ ਚੋਰ ਜਿਹੜਾ ਆ ਚੋਰ ਤੇ ਲੁੱਟ ਚੋਰੀ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਘਰ ਦੇ ਅੰਦਰ ਦਾਖਲ ਹੁੰਦਾ ਹੈ। ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਸੀਗੀ, ਪਰ ਇਸ ਦੌਰਾਨ ਕੀ ਹੁੰਦਾ ਹੈ ਕਿ ਚੋਰੀ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ 'ਚ ਉਸਨੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਕਤਲ ਕਰਕੇ ਉਸਦੀ ਲਾਸ਼ ਨੂੰ ਘਰ ਦੇ ਹੀ ਸੀਵਰੇਜ ਗਟਰ ਦੇ ਵਿੱਚ ਸੁੱਟ ਦਿੱਤਾ। ਜਦੋਂ ਮੌਕੇ ਤੇ ਮੁਹੱਲਾ ਨਿਵਾਸੀਆਂ ਦੇ ਕੋਲ ਇਹ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮੁਹੱਲਾ ਨਿਵਾਸੀ ਜਿਹੜੇ ਨੇ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਮੁਹੱਲਾ ਵਾਸੀਆਂ ਦੇ ਵੱਲੋਂ ਉਸ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚਕਮਾ ਦੇ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿਸ ਕਦਰ ਚੋਰਾਂ ਦੇ ਵੱਲੋਂ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਤਾਂ ਦਿੱਤਾ ਹੀ ਜਾਂਦਾ ਹੈ, ਪਰ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ 'ਚ ਇੱਕ ਬਜ਼ੁਰਗ ਔਰਤ ਦਾ ਕਤਲ ਵੀ ਕੀਤਾ ਗਿਆ। ਤਾਂ ਫਿਲਹਾਲ ਜਦੋਂ ਮੁਹੱਲਾ ਨਿਵਾਸੀ ਉਸਦੇ ਘਰ ਜਾ ਕੇ ਦੇਖਦੇ ਨੇ ਤਾਂ ਬਜ਼ੁਰਗ ਔਰਤ ਜਿਹੜੀ ਉਹਨਾਂ ਨੂੰ ਨਹੀਂ ਮਿਲਦੀ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਹੁੰਦਾ ਹੈ। ਤਾਂ ਜਦੋਂ ਘਰ ਦੇ ਹੀ ਗਟਰ ਨੂੰ ਦੇਖਿਆ ਜਾਂਦਾ ਹੈ ਖੋਲ੍ਹ ਕੇ ਤਾਂ ਉਸਦੇ ਵਿੱਚ ਬਜ਼ੁਰਗ ਮਹਿਲਾ ਦੀ ਲਾਸ਼ ਹੁੰਦੀ ਹੈ। ਤਾਂ ਬਜ਼ੁਰਗ ਮਹਿਲਾ ਦੀ ਲੜਕੀ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਤਾਂ ਉਸ ਲੜਕੀ ਦਾ ਵੀ ਬਿਆਨ ਸਾਹਮਣੇ ਆਇਆ। ਉਸਦਾ ਕਹਿਣਾ ਹੈ ਕਿ ਉਸਦੀ ਮਾਂ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤਾਂ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ 'ਚ ਉਸਦੀ ਮਾਂ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਫਿਰ ਗਟਰ ਦੇ ਵਿੱਚ ਸੁੱਟ ਦਿੱਤਾ। ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਪਰ ਜਿਸ ਤਰੀਕੇ ਦੇ ਨਾਲ ਚੋਰ ਜਿਹੜੇ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਲੁਟੇਰੇ ਜਿਹੜੇ ਨੇ, ਤਾਂ ਉੱਧਰ ਹੀ ਚੋਰ ਜਿਹੜੇ ਨੇ ਰਾਤ ਨੂੰ ਘਰਾਂ ਦੇ ਵਿੱਚ ਚੋਰੀ ਕਰਦੇ ਤਾਂ ਇੱਕ ਬੰਨੇ ਤਾਂ ਚੋਰੀ ਕਰਦੇ ਨੇ, ਪਰ ਦੂਜੇ ਬੰਨੇ ਅਜਿਹੀਆਂ ਜਾਨਾਂ ਵੀ ਲੈਂਦੇ ਨੇ। ਆਖਿਰਕਾਰ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ, ਇੱਕ ਵੱਡਾ ਪ੍ਰਸ਼ਨ ਵੀ ਖੜ੍ਹਾ ਹੋ ਜਾਂਦਾ। ਪਰ ਫਿਲਹਾਲ ਕੀ ਕੁਝ ਕਹਿਣਾ ਮੁਹੱਲਾ ਨਿਵਾਸੀਆਂ ਦਾ, ਕੀ ਕੁਝ ਕਹਿਣਾ ਹੈ ਉਸ ਮ੍ਰਿਤਕ ਬਜ਼ੁਰਗ ਔਰਤ ਦੀ ਲੜਕੀ ਦਾ, ਇੱਕ ਵਾਰ ਤੁਸੀਂ ਵੀ ਸੁਣੋ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੋਰ ਪਰਫੈਕਟ ਹਿਊਮਨ।